ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡਾ ਦੂਸਰਾ ਦਿਨ ਹੈ ਸ਼੍ਰੀਨਗਰ ਵਿੱਚ ਅਤੇ ਅੱਜ ਅਸੀਂ ਆਏ ਹਾਂ ਨਿਸ਼ਾਦ ਗਾਰਡਨ। ਦੇਖੋ ਜੀ, ਆਉਂਦਿਆਂ ਸਾਰ ਹੀ ਇੱਥੇ ਕਾਫੀ ਸਾਰੇ ਫਲਾਵਰਸ ਹੈਗੇ ਨੇ, ਹਰ ਜਗ੍ਹਾ ਫਲਾਵਰਸ ਕਾਫੀ ਸੋਹਣਾ ਦਿਖ ਰਿਹਾ। ਉੱਥੇ ਮੰਮਾ ਖੜ੍ਹੇ ਨੇ ਅਤੇ ਇੱਥੇ ਦੀ ਜਿਹੜੀ ਟਿਕਟ ਹੈ ਉਹ ਹੈ 24 ਐਡਲਟ ਦੀ ਅਤੇ 12 ਚਿਲਡਰਨ ਦੀ। ਚਲੀ ਅੰਦਰ ਹੈਗੀ ਹੈ ਜੀ ਇੱਥੇ ਦੀ ਹਿਸਟਰੀ। ਚਲੀਏ ਹੁਣ ਅੰਦਰ। ਚਲੋ ਜੀ ਉੱਪਰ, ਤੇ ਉੱਪਰ ਵੀ ਕਾਫੀ ਫਲਾਵਰ ਲੱਗੇ ਹੋਏ ਨੇ ਤੇ ਉਹ ਦੇਖੋ ਪਿੱਛੇ ਪਹਾੜ। ਆ ਦੇਖੋ ਫੋਟੋ ਖਿੱਚ ਲਓ, ਕਾਫੀ ਸੋਹਣੇ ਫਲਾਵਰਸ ਲੱਗੇ ਹੋਏ ਆ। ਦੇਖੋ ਜੀ ਪੇੜ ਹੈਗੇ ਨੇ ਤੇ ਪੇੜ ਤੇ ਕਿੰਨੇ ਵੱਡੇ ਵੱਡੇ ਫਲਾਵਰ। ਉੱਦਾਂ ਮੈਂ ਪੇੜ ਤੇ ਫਲਾਵਰ ਦੇਖਿਆ ਪਰ ਇੰਨਾ ਵੱਡਾ ਕਦੀ ਨਹੀਂ ਦੇਖਿਆ। ਜੇ ਤੁਹਾਨੂੰ ਅੱਛਾ ਲੱਗਾ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ। ਕਾਫੀ ਸੋਹਣਾ ਅਸੀਂ ਇੱਥੇ ਨਿਸ਼ਾਦ ਗਾਰਡਨ। ਫਾਊਂਟੇਨਸ ਵੀ ਹੈਗੇ ਨੇ, ਕਾਫੀ ਵਧੀਆ ਲੱਗ ਰਿਹਾ। ਨਿਸ਼ਾਦ ਗਾਰਡਨ ਤੋਂ ਨਿਕਲ ਗਏ ਸੀ ਅਤੇ ਉੱਥੋਂ ਆਟੋ ਲੈ ਕੇ ਆ ਗਏ ਆਪਣੇ ਸ਼ਿਕਾਰਾ ਦੇ ਵਿੱਚ। ਹੁਣ ਦੇਖੋ ਜੀ ਸਾਡਾ ਸ਼ਿਕਾਰਾ, ਸਾਨੂੰ ਮਿਲਿਆ ਸ਼ਿਕਾਰਾ 1000 ਦੇ ਵਿੱਚ ਅਤੇ ਇਹ ਸਾਨੂੰ ਕਮਾਉਣਗੇ 5 ਪੁਆਇੰਟਸ। ਹਾਂ ਦੇਖੋ ਜੀ ਇਹ ਹੈਗਾ ਨਹਿਰੂ ਪਾਰਕ। ਇੱਧਰ ਪਿੱਛੇ ਓਪਨ ਲੇਕ ਹੈ, ਪੂਰੀ ਲੇਕ ਕਾਫੀ ਖੁੱਲ੍ਹੀ ਹੈ। ਇੱਥੇ ਥੱਲੇ ਥੋੜ੍ਹਾ ਪਿੱਛੇ ਥੋੜ੍ਹਾ ਕੰਜਸਟਡ ਜਿਹਾ ਹੁੰਦਾ ਕਿਉਂਕਿ ਹਾਊਸ ਬੋਟਸ ਵੀ ਹੁੰਦੀ ਹੈ ਇੱਕ ਸਾਈਡ 'ਤੇ ਅਤੇ ਸ਼ਿਕਾਰਾ ਵੀ ਖੜ੍ਹੀ ਹੁੰਦੀ ਹੈ, ਪਰ ਇੱਥੇ ਨਾਰਮਲ ਹੈ। ਹਾਂ ਦੇਖੋ ਕਾਫੀ ਵਧੀਆ ਵਿਊ ਹੈ, ਥੋੜ੍ਹਾ ਅੱਗੇ ਕਰਕੇ ਦਿਖਾਉਣਾ ਤੁਹਾਨੂੰ। ਦੇਖੋ ਜੀ
ਇਹ ਹੈਗੀ ਹੈ ਜੀ ਫਲੋਟਿੰਗ ਗ੍ਰਾਸ, ਅਤੇ ਇਹਦੇ ਥੱਲੇ ਕੁਛ ਵੀ ਨਹੀਂ ਹੈ, ਅਤੇ ਇਹ ਮਤਲਬ ਇੱਕ ਟਾਈਪ ਦੀ ਆਪੇ ਗਰੋ ਹੋ ਗਈ ਹੈ, ਇਹਦੇ ਉੱਪਰ ਆਪਾਂ ਖੜ੍ਹੇ ਵੀ ਹੋ ਸਕਦੇ ਹਾਂ। ਇਹ ਹੈ ਜੀ ਵਾਟਰ ਲੀਲੀ, ਇਹਦੇ ਵਿੱਚ ਕਾਫੀ ਕਲਰ ਆਉਂਦੇ, ਰੈਡ ਵਾਈਟ ਪਰਪਲ ਪਿੰਕ, ਅਤੇ ਇਹ ਦੁਪਹਿਰ 3 ਵਜੇ ਤੋਂ ਬਾਅਦ ਮਤਲਬ ਆਪਣਾ ਮੂੰਹ ਇੱਦਾਂ ਬੰਦ ਕਰ ਲੈਂਦੇ ਜਦੋਂ ਸੂਰਜ ਥੋੜ੍ਹਾ ਅੱਗੇ ਚਲੇ ਜਾਂਦਾ, ਅਤੇ ਸਵੇਰੇ ਸਵੇਰੇ ਆਪਣਾ ਮੂੰਹ ਇੱਦਾਂ ਖੋਲ ਲੈਂਦਾ ਸੂਰਜ ਦੇ ਵੱਲ ਜੀ। ਫਲੋਟਿੰਗ ਮਾਰਕੀਟ ਇੱਥੇ ਸਾਰਾ ਕੁਛ ਮਿਲਦਾ, ਦੇਖੋ ਦੋਨੋਂ ਪਾਸੇ। ਖਾਣ ਖੁਣ ਵਾਸਤੇ ਸਾਰਾ ਸਮਾਨ ਹੈਗਾ ਇੱਥੇ, ਉਹਨੇ ਤਾਂ ਬੋਰਡ 'ਤੇ ਵੀ ਵੇਚਦੇ ਪਰ ਉੱਦਾਂ ਵੀ ਹੈ। ਹੈਗਾ ਜੀ ਸਾਡਾ ਦੂਸਰਾ ਦਿਨ, ਇਹ ਪਿਛਲੇ ਵਲੋਗ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ। ਅੱਜ ਸਾਡੀ ਵਾਪਸੀ ਸੀ ਅਤੇ ਅੱਜ ਅਸੀਂ ਆ ਗਏ ਹਾਂ ਸ਼੍ਰੀਨਗਰ ਦੇ ਏਅਰਪੋਰਟ 'ਤੇ। ਸਾਡੀ ਫਲਾਈਟ ਹੈ ਚੰਡੀਗੜ੍ਹ ਤੱਕ, ਅਤੇ ਚੰਡੀਗੜ੍ਹ ਤੋਂ ਅਸੀਂ ਜਾਵਾਂਗੇ ਘਰ। ਆ ਗਈ ਅੱਜ ਸਾਡੀ ਫਲਾਈਟ ਗੇਟ ਨੰਬਰ 4 'ਤੇ, ਅਤੇ ਹੁਣ ਅਸੀਂ ਚੱਲੇ ਹਾਂ ਅੰਦਰ। ਆ ਹੈਗੀ ਸਾਡੀ ਫਲਾਈਟ ਇੰਡੀਗੋ। ਅੱਜ ਆਹ ਰੈਂਪ ਵਿੱਚ ਜਿਹੜੀ ਕਨੈਕਟ ਹੁੰਦੀ ਆ ਪਲੇਨ ਤੋਂ, ਪਾਪਾ ਦੀ ਵੇਟ ਕਰ ਰਹੇ ਹਾਂ। ਟੇਕ ਆਫ ਕਰਨ ਲੱਗੇ